ਕਹਿੰਦਾ ਵੀ ਰਾਗ ਉਦੋਂ ਹੁੰਦਾ ਜਦੋਂ ਸੁਣਿਆ ਜਾਵੇ, ਜਦੋਂ ਸੁਣਿਆ ਜਾਵੇ, ਤੇ ਜੇ ਸੁਣੀਏ ਨਾ ਇਹ ਭਾਵੇਂ ਕੋਈ ਤਲਾਵਤ ਕਰੀ ਜਾਵੇ ਉਹਦਾ ਵੀ ਨਹੀਂ ਉਹ ਪਤਾ ਲੱਗਦਾ। ਅੱਛਾ ਰਾਗ ਉਹੀ ਹੁੰਦੇ ਆ, ਵਕਤ ਵਕਤ ਦੀ ਗੱਲ ਹੁੰਦੀ ਹੈ, ਟਾਈਮ ਦੀ ਹੁੰਦੀ ਹੈ। ਅੱਛਾ ਹੁਣ ਮੈਂ ਇੰਨੀ ਅਰਜ ਕਰਨ ਲੱਗਾ, ਰਾਗ ਦੋ ਕਿਸਮ ਦੇ ਆ, ਮਗਰ ਇਹ ਵੀ ਚੀਜ਼ ਹੈਗੀ ਆ, ਕਈ ਹੁਣ ਨੈਟ ਉੱਤੇ ਵੀ ਤੁਸੀਂ ਦੇਖਦੇ ਆ ਤੇ ਜੋ ਕੁਛ ਵੀ ਦੇਖਦੇ ਆ ਉਹ ਹੋਰ ਚੀਜ਼ ਆ, ਇਹ ਅਸਲ ਚੀਜ਼ ਹੈ। ਜੇ ਕਮੋ ਕੋ ਅੱਲਾ ਰਸੂਲ ਦੀ ਤਾਰੀਫ ਇਨਸ਼ਾਅੱਲਾ ਉਹਦੇ ਚ ਵੀ ਮਜ਼ਾ ਆਉਂਦਾ, ਔਰ ਕੋਈ ਕਿਸੇ ਆਸ਼ਕ ਦੀ ਕਹਾਣੀ ਕਮੋਗੇ ਤੇ ਉਹ ਵੀ, ਔਰ ਕਿਸੇ ਸੂਰਮੇ ਦੀ ਗੱਲ ਸੁਣਨੀ ਹੋਵੇ ਤੇ ਉਹ ਵੀ ਜਨਾਬ ਦੇ ਅਸੀਂ ਤਿਆਰ ਹਾਂ। ਉੱਠੋ ਜਾ, ਹੁਣ ਤੁਸੀਂ ਦੱਸ ਦਿਓ, ਇਹ ਨਾ ਹੋਵੇ ਵੀ ਸਾਡਾ ਪਹਿਲਾਂ ਹੀ ਜ਼ੋਰ ਲੱਗ ਜਾਵੇ ਮੁੜ ਕੇ ਤੁਸੀਂ ਕਹਿਣਾ ਇਹ ਨੀ ਤੇ ਆਹ ਸੀ। ਚਲੋ ਜਨਾਬ ਮੈਂ ਅੱਗੇ ਵੀ ਦੱਸਿਆ, ਜੈਸੀ ਮਹਿਫਲ ਵੈਸੀ ਸੋਭਤ ਹੁੰਦੀ ਆ। ਉੱਥੇ ਬੈਠੀਆਂ ਨੇ ਮੈਂ ਦੋ ਕੁ ਗੱਲਾਂ ਕੀਤੀਆਂ ਸੀਆਂ, ਕਿਸੇ ਮੁਕਾਮ ਦੇ ਉੱਤੇ ਮੈਨੂੰ ਪੁੱਛਿਆ ਭਈ ਉਦੋਂ ਜਵਾਨ ਕਿਉਂ ਏਡੇ ਏਡੇ ਹੁੰਦੇ ਸੀਗੇ। ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਜੈਸੀ ਮਹਿਫਲ ਵੈਸੀ ਸੋਭਤ ਆਉਂਦੀ ਆ। ਚੰਗੀ ਮਹਿਫਲ ਚ ਬੈਠੋਗੇ ਚੰਗੀ ਅਕਲ ਆਉਣੀ ਆ, ਗਲਤ ਮਹਿਫਲ ਚ ਬੈਠੋਗੇ ਤੇ ਗਲਤ ਅਕਲ ਆਉਣੀ ਆ। ਇਹ ਜਦੋਂ ਐਸੇ ਰਾਗ ਹੁੰਦੇ ਸੀ ਸਾਡੇ ਉਸਤਾਦਾਂ ਨੇ ਕਹਿਣਾ ਦੁੱਲਾ ਭੱਟੀ, ਤੇ ਮੁੰਡੇ ਵੀ ਮੁੱਛਾਂ ਨੂੰ ਵੱਟ ਦਿੰਦੇ ਸੀ, ਵੱਟ ਦਿੰਦੇ ਸੀ। ਹੁਣ ਮੈਂ ਕਿਹਾ ਜਦੋਂ ਰਾਗ ਤਾਂ ਮੁੰਡਿਆਂ ਦੇ ਕੰਨ ਚ ਪੈਣ ਲੱਗ ਗਿਆ ਵੀ ਮੰਜੀ ਹੇਠ ਡਾਂਗ ਫੇਰਦਾ, ਇੱਕ ਵਾਰੀ ਤਾਂ ਲੱਗ ਸੀਨੇ ਨਾਲ ਸੋਹਣਿਆ, ਇਹ ਮੁੰਡਾ ਸਾਰੀ ਰਾਤ ਕੇਬਲ ਦੇਖਦਾ ਰਹਿੰਦਾ, ਸਵੇਰ ਨੂੰ ਉੱਠਣ ਜੋਗਾ ਨਹੀਂ ਰਹਿੰਦਾ, ਹੁਣ ਇਹਨਾਂ ਦੇ ਪੱਲੇ ਕੁਛ ਨਹੀਂ ਰਹਿ ਗਿਆ। ਦੂਸਰੀ ਇੱਕ ਆਹ ਚੀਜ਼ ਆ, ਜਦੋਂ ਅਸੀਂ ਕਿਸੇ ਆਸ਼ਕ ਦੀ ਗੱਲ ਕਰਦੇ ਹਾਂ, ਇੱਕ ਮੈਨੂੰ ਕਹਿਣ ਲੱਗਾ ਇਹ ਯਾਰ ਉਦੋਂ ਵੀ ਆਸ਼ਕ ਸੀਗੇ, ਅੱਜ ਕੋਈ ਆਸ਼ਕ ਨਹੀਂ ਪੈਦਾ ਹੁੰਦਾ। ਮੈਂ ਕਿਹਾ ਅੱਲਾ ਦੇ ਬੰਦਿਆ ਚੁੱਪ ਕਰ ਜਾ, ਅੱਜ ਤਾਂ ਆਸ਼ਕਾਂ ਦੇ ਬਾਜ਼ਾਰ ਭਰੇ ਪਏ, ਅੰਨੇ ਹੋਏ ਫਿਰਦੇ ਆਸ਼ਕ। ਕਹਿੰਦਾ ਇਹਨਾਂ ਆਸ਼ਕਾਂ ਦੀ ਸ਼ਾਇਰੀ ਕਰੋ। ਮੈਂ ਕਿਹਾ ਨਹੀਂ, ਅਸੀਂ ਉਹਨਾਂ ਆਸ਼ਕਾਂ ਦੀ ਸ਼ਾਇਰੀ ਕੀਤੀ ਆ ਜਦੋਂ ਯਾਰ ਦਾ ਹੱਥ ਲੜ ਗਈ ਫਿਰ ਆਸ਼ਕ ਪਿੱਛੇ ਦੀ ਮੁੜਿਆ, ਟਿੱਬਿਆਂ ਚ ਸੜ ਸੜ ਕੇ ਆਸ਼ਕ ਮਰ ਗਏ, ਪਾਣੀ ਚ ਡੁੱਬ ਡੁੱਬ ਕੇ ਆਸ਼ਕ ਮਰ ਗਏ, ਉਹਨੇ ਯਾਰ ਦਾ ਪੱਲਾ ਨਹੀਂ ਛੱਡਿਆ। ਅਸੀਂ ਉਹਨਾਂ ਆਸ਼ਕਾਂ ਦੀ ਗੱਲ ਕਰਦੇ ਤੇ ਇਹ ਕਹਿੰਦਾ ਅੱਜ ਦੇ ਆਸ਼ਕ। ਮੈਂ ਕਿਹਾ ਚੁੱਪ ਕਰ, ਅੱਜ ਦੇ ਆਸ਼ਕ ਪਹਿਲੇ ਅੱਖਾਂ ਮਾਰਦੇ ਰਹਿੰਦੇ ਆ, ਜਦ ਉਹਦੀ ਸ਼ੋਹਰਤ ਹੁੰਦੀ ਗਲਤ, ਅਗਲਾ ਟਿੱਪਲ ਟੂ ਨੂੰ ਹੱਥ ਪਾਉਂਦਾ, ਆਸ਼ਕ ਜਦੇ ਹੀ ਮੁੱਕਰ ਜਾਂਦਾ। ਉਦੋਂ ਕਹਿੰਦਾ ਯਾਰ ਤੈਨੂੰ ਤਾਂ ਸ਼ੱਕ ਪੈ ਗਈ, ਮੇਰੀ ਤਾਂ ਭੈਣ ਲੱਗਦੀ। ਇਹਨੂੰ ਆਸ਼ਕ ਨਹੀਂ ਅਸੀਂ ਕਹਿੰਦੇ, ਜਦੋਂ ਲੜ ਗਿਆ ਹੀ ਤਾਂ ਲੜੀ ਰਹਿਣ ਦੇ, ਜਾਂ ਇਸ ਪਾਸੇ ਨਾ ਆਓ। ਲਓ ਜੀ ਫਿਰ ਉਹਨਾਂ ਨੇ, ਮੈਂ ਉਹਨਾਂ ਨੂੰ ਦੱਸਿਆ ਭਾਈ ਸਾਡੇ ਮੁਲਕ ਦੇ ਰਾਗ ਇਹ ਹੁੰਦੇ ਸੀਗੇ
ਸੂਰਮਿਆਂ ਦੀਆਂ ਵਾਰਾਂ ਗਾਉਣੀਆਂ ਜਵਾਨਾਂ ਦੇ ਦਿਲ ਬੜੇ ਬੜੇ ਹੁੰਦੇ ਸੀ। ਦੁੱਲਾ ਭੱਟੀ ਜਿਸ ਦੌਰ ਦੇ ਵਿੱਚ ਹੋਇਆ ਇਹ ਜਨਾਬ 1599 ਦਾ ਵਾਕਿਆ ਦੁੱਲੇ ਦਾ। ਮੈਨੂੰ ਇਸ ਚੀਜ਼ ਦਾ ਸ਼ੌਕ ਸੀਗਾ ਵੀ ਯਾਰ ਇਹ ਸੂਰਮੇ ਹੋਏ ਵੀ ਜਾਂ ਵੀ ਸ਼ਾਇਰਾਂ ਨੇ ਵਾਰਾਂ ਲਿਖ ਦਿੱਤੀਆਂ। ਮੈਂ ਜਨਾਬ ਇਹਨਾਂ ਦੀਆਂ ਆਸ਼ਕਾਂ ਦੀਆਂ ਕਬਰਾਂ ਤੇ ਵੀ ਗਿਆ, ਦੁੱਲੇ ਦੇ ਮੈਂ ਘਰ ਤੱਕ ਪਹੁੰਚਿਆ। ਹੁਣ ਦੇਖ ਲਓ ਜ਼ਮਾਨਾ ਸੈਂਸੀ ਆ ਗਿਆ, ਕੰਪਿਊਟਰ ਸਿਸਟਮ ਆ ਗਿਆ, ਦੁੱਲੇ ਦੀ ਤਸਵੀਰ ਪਿੰਡੀ ਭੱਟੀਆਂ ਵਿਚਾਲੇ ਲੱਗੀ। 8 ft 3 in ਦੁੱਲੇ ਦਾ ਕੱਦ ਸੀ ਤੇ ਕੋਈ ਦੁੱਲਾ ਚੋਰ ਨਹੀਂ ਸੀਗਾ, ਦੁੱਲਾ ਡਾਕੇ ਨਹੀਂ ਸੀ ਮਾਰਦਾ, ਇਹ ਸਾਂਦਲਵਾਰ ਦੇ ਮਾਲਕ ਸੀਗੇ। ਮਾਲਕ ਸੀਗੇ ਦੁੱਲੇ ਦਾ ਬਾਪ ਫਰੀਦ ਤੇ ਦੁੱਲੇ ਦਾ ਜਿਹੜਾ ਦਾਦਾ ਸਾਂਦਲ, ਇਹ ਸਾਂਦਲਵਾਰ ਇਹਨਾਂ ਦੇ ਨਾਂ ਤੇ ਬੋਲਦੀ ਸੀ। ਲਓ ਜਨਾਬ ਅਕਬਰ ਬਾਦਸ਼ਾਹ ਦਾ ਜ਼ਮਾਨਾ ਸੀਗਾ। ਅਕਬਰ ਬਾਦਸ਼ਾਹ ਨੇ ਕਿਹਾ ਦੁੱਲੇ ਦੇ ਬਾਪ ਨੂੰ, ਦੁੱਲੇ ਦੇ ਦਾਦੇ ਨੂੰ ਕਿ ਮੈਂ ਵਕਤ ਦਾ ਹੁਕਮਰਾਨ ਆ, ਮੈਨੂੰ ਸਲਾਮ ਕਰੋ। ਉਹਨੇ ਕਿਹਾ ਤੂੰ ਮੁਗਲੀਆ ਖਾਨਦਾਨ ਆ, ਅਸੀਂ ਭੱਟੀ ਰਾਜਪੂਤ ਆ, ਅੱਜ ਤੂੰ ਬਾਦਸ਼ਾਹ, ਕੱਲ ਨੂੰ ਪਤਾ ਨਹੀਂ ਤੇਰਾ ਕੀ ਬਣ ਜਾਣਾ, ਸਾਡੀ ਸ਼ਾਨ ਤੋਂ ਖਿਲਾਫ। ਅਕਬਰ ਬਾਦਸ਼ਾਹ ਨੇ ਪਕੜ ਲਿਆ, ਹੁਕਮਰਾਨ ਸੀਗਾ, ਸਰੇਆਮ ਦੌਰ ਦੇ ਵਿੱਚ ਫਾਂਸੀ ਦੇ ਦਿੱਤਾ। ਦੁੱਲੇ ਦੀ ਪੈਦਾਇਸ਼ ਸ਼ਾਹੀ ਕਿਲੇ ਦੀ, ਸ਼ਾਹੀ ਕਿਲੇ ਦੀ ਆ, ਮਾਂ ਦੇ ਸ਼ਿਕਮ ਵਿੱਚ ਸੀਗਾ ਉਦੋਂ ਦੁੱਲਾ। ਲਓ ਜਨਾਬ ਇਹਨਾਂ ਨੂੰ ਅਕਬਰ ਬਾਦਸ਼ਾਹ ਨੇ ਫਾਂਸੀ ਦੇ ਦਿੱਤਾ, ਨਾਲੇ ਦੁਨੀਆਂ ਨੂੰ ਦੱਸਿਆ ਵੀ ਜਿਹੜਾ ਮੇਰਾ ਇਤਰਾਮ ਨਾ ਕਰੂ ਇਹੀ ਹਾਲ ਉਹਦਾ ਹੋ। ਦੁੱਲੇ ਦੀ ਪੈਦਾਇਸ਼ ਉੱਥੇ ਤੇ ਜਿਹਨੂੰ ਅਸੀਂ ਕਹਿੰਦੇ ਸ਼ੇਖੂ ਸ਼ਹਿਜ਼ਾਦਾ, ਅਕਬਰ ਬਾਦਸ਼ਾਹ ਦਾ ਸਾਹਿਬਜ਼ਾਦਾ ਬੇਟਾ, ਉਹਨੇ ਦੁੱਲੇ ਦੀ ਵਾਲਦਾ ਦਾ ਸ਼ੀਰ ਚੁੰਘਿਆ, ਦੁੱਲੇ ਦੀ ਵਾਲਦਾ ਦਾ ਸ਼ੀਰ ਪੀਤਾ ਆ। ਕਿਸ ਵਾਸਤੇ? ਅਕਬਰ ਬਾਦਸ਼ਾਹ ਨੇ ਕਿਹਾ ਵੀ ਇਹ ਸੂਰਮੇ ਲੋਕ ਜਿਹੜੇ ਹੁੰਦੇ ਆ, ਕਿਉਂ ਉਦੋਂ ਸੂਰਮੇ ਦੀ ਜ਼ਰੂਰਤ ਸੀਗੀ, ਸੂਰਮੇ ਦੀ ਪਹਿਚਾਣ ਸੀਗੀ। ਉਦੋਂ ਕਦੇ ਕਦੇ ਟੀਵੀ ਤੇ ਆਉਂਦਾ ਐਸਾ ਦੌਰ ਹੁੰਦਾ, ਉਹ ਫਿਲਮਾਂ ਦਿਖਾਉਂਦੇ ਆ, ਬਾਦਸ਼ਾਹ ਵੀ ਵਿੱਚ ਜੰਗ ਕਰਦੇ ਹੁੰਦੇ ਸੀ, ਐਸਾ ਦੌਰ ਹੁੰਦਾ ਸੀ। ਉਦੋਂ ਲੜਾਈਆਂ ਕਾਹਦੀਆਂ ਸੀਆਂ? ਢਾਲ ਤਲਵਾਰ, ਉਸ ਤੋਂ ਬਾਅਦ ਤੀਰ ਕਮਾਨ ਚੱਲਿਆ। ਇਹ ਤਾਂ ਹੁਣੇ ਸੈਂਸੀ ਦੌਰ ਆ ਵੀ ਇੱਥੋਂ ਬੈਠੋ ਤਾਂ ਦਿੱਲੀ ਤੱਕ ਗਏ, ਇਹ ਉਦੋਂ ਦੌਰ ਨਹੀਂ ਸੀਗਾ। ਲਓ ਜੀ ਅਕਬਰ ਬਾਦਸ਼ਾਹ ਨੇ ਇਸ ਤੋਂ ਉਹਨੇ ਕਿਹਾ ਦੁੱਲੇ ਦੀ ਵਾਲਦਾ ਦਾ ਸ਼ੀਰ ਪੀਊਗਾ ਤਾਂ ਮੇਰੇ ਪੁੱਤਰ ਦਾ ਵੀ ਦਿਲ ਵੱਡਾ ਹੋਊਗਾ। ਤੇ ਇਹ ਇਸ ਕਰਕੇ ਜਿਹੜਾ ਸ਼ੇਖੂ ਸ਼ਹਿਜ਼ਾਦਾ ਸੀਗਾ ਦੁੱਲੇ ਦਾ ਸਾਥੀ ਬਣਦਾ ਸੀ। ਲਓ ਜੀ ਦੁੱਲਾ ਤਾਂ ਜਦੋਂ 5-6 ਸਾਲ ਦਾ, ਇੱਕ ਦੁੱਲੇ ਤੇ ਵੱਡਾ ਸੀਗਾ ਜਿਹਨੂੰ ਮੇਰ ਖਾਂ ਅਸੀਂ ਕਹਿੰਦੇ ਹਾਂ, ਉਹਨੂੰ ਜਨਾਬ ਅਕਬਰ ਬਾਦਸ਼ਾਹ ਨੇ ਦੁੱਲੇ ਦੀ ਵਾਲਦਾ ਨੂੰ, ਦੁੱਲੇ ਦੀ ਮਾਂ ਨੂੰ ਕਿਹਾ ਇਹਨਾਂ ਦੋਵਾਂ ਬੇਟਿਆਂ ਨੂੰ ਲੈ ਜਾ, ਇਹ ਲੋਕ ਜਗੀਰਾਂ ਦੇ ਮਾਲਕ ਸੀਗੇ, ਇਹ ਭੁੱਖੇ ਨਹੀਂ ਸੀਗੇ, ਜਾਂ ਆਪਣੇ ਪੁੱਤਰਾਂ ਨੂੰ ਇਸ ਗੱਲ ਤੋਂ ਮਨਾ ਰੱਖੀ ਜਾਂ ਆਪਣੇ ਪਿੰਡੀ ਨੂੰ ਚਲਦਾ। ਲਓ ਜੀ ਉਸੇ ਵੇਲੇ ਦੁੱਲੇ ਨੂੰ ਲੈ ਕੇ ਦੋਵਾਂ ਬੱਚਿਆਂ ਨੂੰ ਆ ਗਏ। ਜਿਵੇਂ ਜਿਵੇਂ ਦੁੱਲਾ ਪਰਵਿਸ਼ ਕਰੀ ਗਿਆ, ਪੜਦਾ ਗਿਆ ਪੜਦਾ ਗਿਆ, ਦੁਨੀਆਂ ਦੱਸਣ ਲੱਗ ਗਈ ਕਿ ਦੁੱਲਿਆ ਤੇਰੇ ਬਾਪ ਦਾ, ਤੇਰੇ ਦਾਦੇ ਦਾ। ਅਕਬਰ ਬਾਦਸ਼ਾਹ ਨੇ ਇਹ ਹਾਲ ਕੀਤਾ, ਦੁੱਲੇ ਦੇ ਦਿਲ ਵਿੱਚ ਆਇਆ, ਉਹਨੇ ਕਿਹਾ ਜਿਸ ਮੌਤ ਦੀ ਮੋਰੀ ਦਾਦਾ ਲੰਘਿਆ, ਬਾਪ ਲੰਘਿਆ, ਉਸ ਮੋਰੀ ਮੈਂ ਲੰਘ ਜਾਣਾ, ਮਗਰ ਮੈਂ ਪਿਓ ਦਾ ਬਦਲਾ, ਦਾਦੇ ਦਾ ਬਦਲਾ ਲੈਣਾ ਇਸ ਬਾਦਸ਼ਾਹ ਕੋਲ। ਲਓ ਜੀ ਮੈਂ ਹੁਣੇ ਤਾਂ ਕਹਿ ਕੇ ਹਟਿਆ ਵੀ ਇਹ ਕੋਈ ਚੋਰ ਨਹੀਂ ਸੀ। ਫਿਰ ਦੁੱਲੇ ਨੇ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ, ਧਾੜੇ ਮਾਰਨੇ ਸ਼ੁਰੂ ਕਰ ਦਿੱਤੇ। ਕਿਉਂ? ਇਹਨੇ ਕਿਹਾ ਅਕਬਰ ਬਾਦਸ਼ਾਹ ਦੇ ਕੋਲ ਮੇਰੀਆਂ ਰਿਪੋਰਟਾਂ ਜਾਣ, ਉਹ ਚੜ੍ਹ ਕੇ ਆਊਗਾ, ਮੱਥਾ ਮੇਰੇ ਨਾਲ ਲਾਊਗਾ, ਮੈਂ ਫਿਰ ਪਿਓ ਦਾਦੇ ਦਾ ਬਦਲਾ ਲੈਣਾ ਬਾਦਸ਼ਾਹ ਦੇ ਕੋਲ। ਇਸ ਤੋਂ ਦੁੱਲੇ ਨੇ ਡਾਕੇ ਮਾਰੇ ਸੀ, ਜਿਹੜੇ ਡਾਕੇ ਮਾਰਦਾ ਸੀ, ਧਾੜੇ ਮਾਰਦਾ ਸੀਗਾ, ਚੰਗਿਆਂ ਨੂੰ ਲੁੱਟਦਾ ਸੀਗਾ, ਉਹ ਗਰੀਬਾਂ ਨੂੰ ਉਹ ਸਾਰਾ ਮਾਲ ਤਕਸੀਮ ਕਰ ਦਿੰਦਾ ਸੀ। ਲਓ ਜਨਾਬ ਅਕਬਰ ਬਾਦਸ਼ਾਹ ਦੇ ਕੋਲ ਦੁੱਲੇ ਦੀਆਂ ਰਿਪੋਰਟਾਂ ਚਲੇ ਗਈਆਂ ਕਿ ਇੱਕ ਇੱਧਰ ਉੱਠਿਆ ਪਿੰਡੀ ਭੱਟੀਆਂ ਦੇ ਵਿੱਚ, ਉਹ ਡਾਕੇ ਮਾਰਦਾ ਧਾੜੇ ਮਾਰਦਾ। ਅਕਬਰ ਬਾਦਸ਼ਾਹ ਨੂੰ ਪਤਾ ਲੱਗ ਗਿਆ ਪਈ ਫਰੀਦ ਦਾ ਲੜਕਾ ਦੁੱਲਾ ਮਿਰਜ਼ੇ ਨਿਜ਼ਾਮਦੀਨ ਨੂੰ 500 ਜੰਗੀ ਸੂਰਮਾ ਦੇ ਕੇ ਤੋਰਿਆ ਕਿ ਦੁੱਲੇ ਨੂੰ ਪਕੜ ਕੇ ਮੇਰੇ ਦਰਬਾਰ 'ਚ ਪੇਸ਼ ਕਰ ਦੇ, ਮੇਰੇ ਦਰਬਾਰ 'ਚ ਪੇਸ਼ ਕਰ ਦੇ। ਲਓ ਜੀ ਮਿਰਜ਼ੇ ਨਿਜ਼ਾਮਦੀਨ ਨੇ 500 ਜੰਗੀ ਸੂਰਮਾ ਲੈ ਕੇ ਪਿੰਡੀ ਭੱਟੀਆਂ ਨੂੰ 4 ਚੁਫੇਰੇ ਘੇਰਾ ਪਾ ਲਿਆ। ਸੁਬਹ ਦਾ ਟਾਈਮ ਹੋਇਆ, ਦੁੱਲੇ ਜਵਾਨ ਨੇ ਉੱਠ ਕੇ ਦੇਖਿਆ 4 ਚੁਫੇਰੇ ਫੌਜਾਂ ਦੇ ਤੰਬੂ ਲੱਗੇ। ਦੁੱਲੇ ਨੂੰ ਪਤਾ ਲੱਗ ਗਿਆ ਵੀ ਦੁਸ਼ਮਣ ਆ ਗਿਆ ਮੇਰੀ ਜਾਨ ਦੇ। ਦੁੱਲਾ ਜਨਾਬ ਨੇ ਜਿੰਨੂ ਦੇ ਪਾਸ ਗਿਆ, ਕਹਿੰਦਾ ਮੀਆਂ ਜੀ ਕਿਤਾਬ ਖੋਲ ਕੇ ਦੇਖੋ, ਹਿਸਾਬ ਲਾ ਕੇ ਦੱਸੋ, ਮੇਰੀ ਜੇਤ ਆ ਕਿ ਹਾਰ ਆ। ਨਜੂਮੀ ਨੇ ਕਿਤਾਬ ਖੋਲੀ, ਉਹਨੇ ਕਿਹਾ ਦੁੱਲਿਆ 3 ਦਿਨ ਤੇਰੀ ਹਾਰਦੇ ਆ, 4th ਦਿਨ ਜਿਵੇਂ ਮਰਜ਼ੀ ਮੈਦਾਨ 'ਚ ਗੱਜ ਕੇ ਚੱਲੇ।
ਜੇ ਤੂੰ ਅੱਗੇ ਚੱਲ ਗਿਆ ਤੇਰੀ ਹਾਰ, ਸੂਰਮੇ ਦੇ ਕੰਨ ਵੈਰੀ ਹੁੰਦੇ ਆ, ਦੁੱਲਾ ਦਿਮਾਗ ਕੇ ਜਾਗਿਆ ਹੋ ਕੇ ਪਿੱਛੇ ਨੂੰ ਮੁੜਿਆ ਹੁੰਦਾ। ਉਧਰ ਦੁੱਲੇ ਦੀ ਮਾਂ ਨੇ ਇਸ ਤਰ੍ਹਾਂ ਕੋਠੇ ਤੇ ਚੜ੍ਹ ਕੇ ਦੇਖਣ ਲੱਗੀ, ਚਾਰ ਚਫੇਰੇ ਫੌਜਾਂ ਦੇ ਤੰਬੂ ਲੱਗੇ। ਜਦੋਂ ਮਾਂ ਨੇ ਦੁੱਲੇ ਦੀ ਨੇ ਦੇਖਿਆ, ਇੰਜ ਕਰਕੇ ਧਿਆਨ ਮਾਰ ਕੇ ਦੇਖਿਆ, ਬਜ਼ਾਰੇ ਬਜ਼ਾਰ ਦੁੱਲਾ ਵੀ ਤੁਰਿਆ। ਜਦੋਂ ਦੁੱਲਾ ਕੋਲ ਆ ਗਿਆ, ਮਾਂ ਲੱਦੀ ਕਹਿੰਦੀ, ਪੁੱਤਰ ਮੈਂ ਤੈਨੂੰ ਸਾਰੀ ਉਮਰ ਮਨਾ ਕਰਦੀ ਆ, ਦੇਖ ਲੈ ਪੁੱਠੇ ਕੰਮ ਕੀਤੇ ਆ ਫੌਜਾਂ ਦੇ, ਚਾਰ ਚਫੇਰੇ ਤੰਬੂ ਲੱਗੇ। ਉਹ ਕਹਿੰਦਾ, ਅੰਮਾ ਮੈਂ ਜੂਮੀ ਪਾਸੋਂ ਆਇਆ। ਦੁੱਲਾ ਕਹਿੰਦਾ, ਪੁੱਤਰ ਤੈਨੂੰ ਕੀ ਆਖਿਆ ਨਾ ਜੂਮੀ ਨੇ? ਦੁੱਲਾ ਕਹਿੰਦਾ, ਅੰਮਾ ਮੈਨੂੰ ਉਹਨੇ ਕਿਹਾ 3 ਦਿਨ ਲੁਕ ਛੁਪ ਕੇ ਕੱਟ ਲਾ, ਚੌਥੇ ਦਿਨ ਜਿਵੇਂ ਮਰਜ਼ੀ ਮੈਦਾਨ 'ਚ ਗੱਜ ਕੇ ਚੱਲ ਜਾਈ। ਜਦੋਂ ਲੁਕੜੇ ਦਾ ਛੁਪੜੇ ਦਾ ਨਾਂ ਲਿਆ, ਉਹਨਾਂ ਮਾਵਾਂ ਦੇ ਵੱਡੇ ਵੱਡੇ ਦਿਲ ਹੁੰਦੇ ਸੀਗੇ, ਸੂਰਮੀਆਂ ਦੀਆਂ ਮਾਵਾਂ ਕਿਹੜਾ ਘੱਟ ਸੀਗੀਆਂ। ਪੁੱਤਰ ਨੂੰ ਕੋਲ ਬਿਠਾ ਕੇ ਮਾਂ ਲੱਦੀ ਉਹਨੂੰ ਮਿਹਣੇ ਮਾਰਦੀ ਆ, ਕਹਿੰਦੀ, ਦੁੱਲਿਆ ਮੈਨੂੰ ਰਾਤੀ ਸੁਪਨਾ ਆ ਗਿਆ, ਮੈਂ ਕੂਕਾ ਭੁੱਲਰ ਬੰਨ, ਮੇਰੇ ਨੱਕ ਦਾ ਕੂਕਾ ਡਿੱਗ ਪਿਆ ਨਾ ਕਾਂਟੇ ਰਹਿ ਵਿੱਚ ਕੰਨ, ਮੈਂ ਪਿੱਟ ਪੁੱਟ ਕਮਲੀ ਹੋ ਗਈ, ਛੱਤ ਛੜਦੀ ਕੰਨ, ਕਿਤੇ ਛੱਡ ਕੇ ਨਾ ਜਾਵੀਂ ਦੁੱਲਿਆ, ਮੁਗਲ ਲੈਣਗੇ ਬੰਨ, ਨਿੱਤ ਮਰਦਾਂ ਨੂੰ ਮਾਮਲੇ, ਖੈਰ ਖੁਦਾ ਤੇ ਮੰਗ, ਜੇ ਤੂੰ ਜੀਦੀ ਹੋ ਗਿਆ ਤਾਂ ਮੈਂ ਉਸੇ ਵੇਲੇ। ਕਹਿਣ ਲੱਗੀ, ਦੁੱਲਿਆ ਚੱਲਿਆ ਕਿੱਥੇ ਨੂੰ? ਦੁੱਲਾ ਕਹਿੰਦਾ, ਅੰਮਾ ਮੈਂ ਜੁੰਮੀ ਨੇ ਕਿਹਾ। ਲਓ ਜੀ, ਦੁੱਲੇ ਦੇ ਦਿਲ ਵਿੱਚ ਆਇਆ ਵੀ ਦੁਨੀਆ ਦੇ ਕੰਮ ਐਸੇ ਵੈਸੇ ਹੁੰਦੇ, ਐਸੇ ਵੈਸੇ ਹੁੰਦੇ ਆ। ਉਹਨੇ ਕਿਹਾ, ਮੈਂ 3 ਦਿਨ ਚਨੋਟ ਕੱਟਿਆ ਆਉਣੀ। ਕਿਉਂ? ਉੱਥੇ ਦੁੱਲੇ ਦੇ ਨਾਨਕੇ ਸੀਗੇ। ਉਹਨੇ ਕਿਹਾ, 3 ਦਿਨ ਮੈਂ ਉੱਥੇ ਕੱਟਿਆ ਆਉਣੇ ਆ, ਚੌਥੇ ਦਿਨ ਮੈਂ ਮੁੜ ਕੇ ਆ ਗਿਆ। ਜਦੋਂ ਦੁੱਲੇ ਨੇ ਘੋੜੀ ਦੀ ਸਵਾਰੀ ਕਰ ਲਈ, ਕੋਲ ਹੀ ਦੁੱਲੇ ਦੀ ਔਰਤ ਖੜੀ, ਭੁੱਟਣ ਰਾਣੀ ਪਾ ਕੇ ਦੁੱਲੇ ਦੀ ਘੋੜੀ ਬਾਗ ਨੂੰ ਹੱਥ, ਕਹਿੰਦੀ, ਦੁੱਲਿਆ ਮੈਨੂੰ ਰਾਤੀ ਸੁਪਨਾ ਆ ਗਿਆ, ਮੈਂ ਕੂਕਾ ਭੁੱਲਰ ਬੰਨ, ਮੇਰੇ ਨੱਕ ਦਾ ਕੋਕਾ ਡਿੱਗ ਪਿਆ ਨਾ ਕਾਂਟੇ ਰਹਿ ਵਿੱਚ ਕੰਨ, ਮੈਂ ਪਿੱਟ ਪਿੱਟ ਕਮਲੀ ਹੋ ਗਈ, ਛੱਤੀ ਸਿਰਦੀ ਕੰਨ, ਕਿਤੇ ਛੱਡ ਕੇ ਨਾ ਜਾਵੀਂ ਦੁੱਲਿਆ, ਮੁਗਲ ਲੈਣਗੇ ਬੰਨ, ਨਿੱਤ ਮਰਦਾਂ ਨੂੰ ਮਾਮਲੇ, ਖੈਰ ਖੁਦਾ ਤੇ ਮੰਗ, ਜੇ ਤੂੰ ਜੀਦੀ ਹੋ ਗਿਆ ਤਾਂ ਮੇਰੀ ਲੱਤ ਹੇਠ ਦੀ ਲੰਗ, ਕਿਸੇ ਜਾਵਟ ਤੱਕੀਏ ਦਾਇਰੇ ਵੀਵੇਂ ਭੁੱਖੇ ਭੰਗ, ਮੈਂ ਧੀ ਪਾਰੇ ਜਪੂਤ ਦੀ ਆਪ ਕਰੂੰਗੀ ਜੰਗ, ਲੜੂੰਗੀ ਵਿੱਚ ਮੈਦਾਨ ਦੇ, ਲਾ ਕੇ ਚੂੜੇ ਵਾਲੀ ਭੰਗ, ਮੇਰੇ ਮੋਰੇ ਮੁਗਲਾ ਉੱਡਣਗੇ ਜਿਹਦੇ ਉੱਡੇ ਫਿਰ ਨਾ ਪਤੰਗੇ, ਇੱਥੇ ਬੈਠਾ ਦੇਖੀ ਲਾੜਿਆ ਕੱਲ ਨੂੰ ਕੀ ਖੁੱਲਣਗੇ ਰੰਗ, ਮਰਦ ਹੋ ਕੇ ਭੱਜਾ ਜਾਣਾ ਕਿਹੜੇ ਦਿਮਾਗ ਕਰਕੇ ਦੱਸਦੀ ਆ।